फिलहाल हम लोग ब्याणा खेड़ा गांव में हैं और उरा आप लोगों ने एक हादसा होया कुछ ही देर पहले वो दिखावागे देखियो एक कुआ था उरा है कुआ का दौरा कोठा था और मोटर है देखो आप लोगों ने मोटर दिख रही होगी सारा का सारा सामान है जो कुआ के अंदर चला गया है ज़्यादा बारिश होने की वजह से तो जो ब्याणा खेड़ा गाँव में था हुआ इस था तो बातचीत करांगे रम रम तो राम 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 भाई तो यू हादसा किस तरह होया है ਬਾਏ ਪਾਣੀ ਕਾ ਕਾਰਨ ਕੂਆ ਬੈਠਿਆ ਹੈ ਅਰ ਅੱਜ ਦੁਪਹਿਰ ਨੇ ਕੋਠਾ ਪੜਿਆ ਇਸਕੇ ਅੰਦਰ ਅੱਛਾ ਹਾਂ ਮੈਂ ਯਹਾਂ ਪਰ ਢਾਣੀ ਛੋੜਾ ਥਾ ਇੱਕਦਮ ਹਵਾਸ ਮਨੇ ਪਰਦਾ ਦੇਖਿਆ ਖੁਦ ਅੱਖਾਂ ਦੁਪਹਿਰ ਨੇ ਅੱਜ ਆਪ ਉਰੇ ਥੇ ਪਾਸ ਮੇ ਥੇ ਹਾਂ ਏਡਾ ਇਹ ਢਾਣੀ ਦੀ ਬਾਪ ਆਈ ਹਾਸੇ ਯਹਾਂ ਸਾ ਵੀ ਨਹੀਂ ਉਹ ਉੜਦਾ ਅਰ ਸ਼ਾਮੀ ਪਰਦਾ ਦੇਖਿਆ ਮਨੇ ਮੋਟਰ ਸਟਾਰਟਰ ਪੰਖਾ ਹੰਡੀ ਬੈਂਡ ਸਭ ਸੋਦਾ ਸ਼ਾਮੇ ਜੈ ਲਿਆ ਸਾਰਾ ਖੁੱਦ ਅੱਛਾ ਹਾਂ ਅੱਜ ਦੁਪਹਿਰ ਕੀ ਬਾਤ ਸ ਹੈ ਸਾਰਾ ਸੋਦਾ ਬਲਗਮਾਵੇਂ ਖੋਲਣ ਦੀ ਤਿਆਰੀ ਮੈਂ ਤੇ ਜਮਾਵੇਂ ਜਿਹੜੇ ਜਮਾਵੇਂ ਵੀ ਗੱਲਾਂ ਚਾਹ ਰਹੀ ਸੀ ਮੈਂ ਦੋਨੋਂ ਭਾਈ। ਤੁਮ ਮਤਲਬ ਆਪਨੇ ਪਹਿਲੇ ਪਤਾ ਚੱਲ ਗਿਆ ਦਾ ਭਾਈ ਇਸਮੇਂ ਗਿਰ ਸਕਾਇ ਉਤਰੇ ਟਰੜ ਟਰੜ ਆ ਗਈ। ਹਾਂ ਇਸਮੇਂ ਯੂ ਕੂਆ ਕੂਆ ਦਾ ਗਿਰ ਗਿਆ ਥਾ। ਕੋਠਾ ਬਚ ਰਿਆ ਥਾ ਸਵੇਰੇ। ਤੋਈ ਬਹੁਤ ਛੋਟਾ ਭਾਈ ਯੂ ਹੈ ਯੂ ਬੁਲੇ ਬੁਲੇ ਕੇ ਯੂ ਖੋਲੇ ਮੋਟਰ ਖੋਲੇ ਮਾ ਭਾਈ ਦੀ ਰਹਿਣ ਦੇ ਦੋ ਦਿਨ ਖੜੀ ਰਹਿਣ ਦੇ। ਨੁਗਲਾ ਨਾ ਪਾਨੇ ਚਾਬੀ ਲਿਆ ਮੈਂ ਪਾਨੇ ਚਾਬੀ ਲੈ ਕੇ ਆ ਨੀਤ ਨਿਹਾਨ ਮੈਂ ਦੋ ਸੌਦਾ ਹੋਈ ਲਿਆ ਸਾਰਾ ਇਸ ਕੰਮ ਦਾ ਜਾਈ ਲਿਆ ਗੱਲੀ। ਮਤਲਬ ਆਪ ਬਾਲ ਬਾਲ ਮਾਵੇਂ ਤੋਂ ਮੈਂ ਬਾਲ ਬਾਲ ਬਚ ਕਰਮਜ਼ੋਰ ਕਰ ਰਿਹਾ ਨਹੀਂ ਇਸ ਢਾਲ ਚਾਨਸ ਕੇ ਮੈਂ ਬੜ ਦੇ ਅੜਦੇ ਉੜਦੇ ਆ ਕੋਠਾ ਗਾ ਅੱਧਾ ਕੋਠਾ ਗਾ ਜੂ ਇਸ ਕੋ ਉੱਪਰ ਕੋ ਬੀਮ ਦਾ ਪੂਰਾ ਮੋਟਾ ਬੀਮ ਵੀ ਮੈਂ ਜਾ ਰਿਹਾ ਉੱਠ ਕੇ ਰਿਹਾ ਮੋਟਰ ਟਿਕਰੀ ਬੀਮ ਕੋ ਉੱਪਰ ਦੇਖੋ ਮਤਲਬ ਇੱਕ ਵੱਡਾ ਨੁਕਸਾਨ ਹੋ ਗਿਆ ਆਪ ਕਾ ਇਹ ਮੋਟਰ ਵੀ ਸ਼ਾਇਦ ਦੁਬਾਰਾ ਬੰਦਾਣੀ ਪੜੇਗੀ ਮੋਟਰ ਵੀ ਦੁਬਾਰਾ ਬੰਦੇਗੀ ਇਸ ਕੇ ਅੰਦਰ ਪਾਣੀ ਜਾ ਲਿਆ ਖਤਮ ਹੈ ਮੋਟਰ ਵੀ ਸਾਰਾ ਜੀ ਕੱਢੂ ਆਏਗਾ ਨਾ ਚੱਲ ਲੇਗਾ ਜੇ ਚੱਲਾ ਨਹੀਂ ਹੋਰ ਖੋਦਣਾ ਪੜਾ ਬਾਈ ਕਮ ਤਾਂ ਕੈ ਕੈ ਲੱਖ ਨੁਕਸਾਨ ਹੋ ਗਿਆ ਦੋ ਦੋ ਲੱਖ ਰੁਪਏ ਬਿੰਦੀ ਜਾਊਗਾ ਬੜੇ ਦਾ ਕੋਠਾ ਰਿਓ ਸਾਰਾ ਸੌਦਾ ਕਰਾਂ 2 ਲੱਖ ਰੁਪਏ ਕਮਸੇ ਕਮ ਡਾਢੀ ਤੀਨ ਕੀ ਲੈ ਜਮੀਦਾਰ ਅੱਛਾ ਹਾਂ ਯੂ ਹੈਗੇ ਮੈਂ ਸੁੱਧ ਕਰਾ ਦੇਖੋ ਕੋਈ ਨਾ ਕੋਈ ਈਬ ਜੋ ਇੱਕ ਤਰ੍ਹਾਂ ਸੇ ਲਗਾਤਾਰ ਬਾਰਿਸ਼ ਕੀ ਵਜਹ ਸੇ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਕਾ ਤੋ ਸਰਕਾਰ ਨੇ ਕੁਛ ਨਾ ਕੁਛ ਆਰਥਿਕ ਸਹਾਇਤਾ ਕਰਨੀ ਚਾਹੀਏ ਕਰਨੀ ਚਾਹੀਏ ਭਾਈ ਕਿ ਕਿਸੇ ਕਾ ਜ਼ੁਗੜ ਨਹੀਂ ਹੈ ਆਜ ਰੋ ਸੋਈ ਵੀ ਕੋ ਨਿਕਰੀ ਜਾਂਦੀ ਕਿਸੇ ਪੈ ਬਾਥਰੂਮ ਵੀ ਨਿਕਰਿਆ ਜਾਂਦਾਰ ਯੂ ਸੌਦਾ ਤੋ ਕਰਿਆ ਕਿ ਜਿਆਦਾ ਹੀ ਮੁਸ਼ਕਲ ਹੋਗੀ ਦਾ ਏਡਾ 3 3 ਕਿੱਲੇ ਵਾਲਾ ਜ਼ਮੀਦਾਰ ਕੀ ਕਰ ਸਕਿਆ ਮੈਂ ਫਸਲ ਮਰ ਗਈ ਬਾੜੀ ਇਹਨਾਂ ਮੇ ਕੋਡੋ ਕੋਡਾ ਪਾਣੀ ਚੜਾਈ ਦਿਆ ਸਾਰਾ ਸੁੱਦਾ ਖਤਮ ਕਰ ਰੱਖਿਆ ਤਬਾਈ ਮੈਚਰੀ ਜ਼ਾਬਕਦੇਸ਼ ਮੈਂ ਸਰਕਾਰ ਨੇ ਕਰਨਾ ਚਾਹੀਏ ਕਿ ਮਨ ਕੀ ਮੇ ਦੇਖਣਾ ਸੀ ਜ਼ਮੀਦਾਰਾਂ ਕਾ ਨਹੀਂ ਵੀ ਜੀ ਤੋ ਦੇਖੋ ਭਾਈ ਮੋਟਰ ਤੋ ਹੈ ਬਿਲਕੁਲ ਦਿਖਣ ਵੀ ਲੱਗ ਰਹੀ ਹੈ ਤੋ ਕਿਤਨਾ ਗਹਿਰਾ ਕਿਤਨਾ ਖਰਾਬ ਹੋਆ ਗਹਿਰਾ ਥਾ ਭਾਈ 18 ਫੁੱਟ ਕਾ 18 ਫੁੱਟ ਕਾ ਥਾ ਹਾਂ 18 ਫੁੱਟ ਪਾ ਪੰਖਾ ਬੰਦ ਰਿਆ ਦਾ ਇਸ ਕਾ तो किसान का बड़ा नुकसान होया है ट्रास, ट्रास तो बच गया थोड़ा हां ट्रांसफार्म तो बड़ा भी बच गया नहीं यूं भी गल्ला है थोड़ा दूर है यो इस कारण बच गया जी तो फिलहाल ब्याना खेड़ा गांव में है और यह तस्वीर आप लोग ब्याना खेड़ा गांव से देख रहे हो भाई ड्रैवरी है मोटर है और पंखा पुखा सारा इसके अंदर चला गया पूरा कोठा था एक वो सारा इसके अंदर चला गया है तो फिलहाल ब्याना खेड़ा गांव में इस वीडियो ज्यादा ज्यादा शेयर करें